ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਮਗਰੋਂ ਹੁਣ ਇਹਨਾਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਮੇਅਰਾਂ ਅਤੇ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਜਾਰੀ ਹੈ। ਮੋਗਾ ਵਿੱਚ ਨਗਰ ਨਿਗਮ ਦਾ ਮੇਅਰ ਬਣਾਉਣ ਨੂੰ ਲੈ ਕੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੋਗਾ ਦੇ MLA ਹਰਜੋਤ ਕਮਲ ਤੋਂ ਇਲਾਵਾ ਸਾਰੇ ਹੀ ਕਾਂਗਰਸ ਪਾਰਟੀ ਵੱਲੋਂ ਜਿੱਤੇ ਹੋਏ ਨਗਰ ਨਿਗਮ ਅਤੇ ਕੌਂਸਲਾਂ ਨਾਲ ਮੀਟਿੰਗ ਕੀਤੀ ਅਤੇ ਸਾਰਿਆਂ ਦੇ ਵਿਚਾਰ ਸੁਣੇ। ਸਾਡੇ ਇੰਤਜ਼ਾਮ ਬਿਲਕੁਲ ਪੂਰੇ ਹੈ ਜੀ। ਕੋਵਿਡ ਕਰਕੇ ਮੰਡੀਆਂ ਦੀ ਤਾਦਾਦ ਵੀ ਵਧਾਈ ਗਈ ਹੈ ਤਾਂ ਕਿ ਸਟੈਗਰਡ ਵੇ ਨਾਲ ਪ੍ਰਕਿਊਰਮੈਂਟ ਕੀਤੀ ਜਾ ਸਕੇ, ਕਿਸੇ ਦਾ ਨੁਕਸਾਨ ਨਾ ਹੋਏ, ਕਿਉਂਕਿ ਜਿਹੜਾ ਸੈਕਿੰਡ ਵੇਵ ਹੈ ਇਹ ਥੋੜ੍ਹਾ ਦਿਹਾਤ ਇਲਾਕੇ 'ਚ ਜ਼ਿਆਦਾ ਹੈ ਔਰ ਇਹ ਸਾਰਾ ਓਪਰੇਸ਼ਨ ਵੀ ਦਿਹਾਤ ਨਾਲ ਲਿੰਕ ਰੱਖਦਾ ਆ ਅਤੇ ਉੱਥੇ ਕਿਸਾਨ ਨੇ ਫਸਲ ਲੈ ਕੇ ਆਉਣਾ ਹੈ, ਉੱਥੇ ਸਾਡੀ ਲੇਬਰ ਹੁੰਦੀ ਹੈ, ਟਰਾਂਸਪੋਰਟਰ ਹੁੰਦਾ ਹੈ, ਸਾਰੀਆਂ ਪ੍ਰਕਿਊਰਿੰਗ ਏਜੰਸੀਆਂ ਦੇ ਆਫਿਸਰ ਸਾਹਿਬਾਨ ਹੁੰਦੇ ਆ, ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ ਉਸ ਕਰਕੇ ਇਹ ਧਿਆਨ ਰੱਖਿਆ ਗਿਆ ਵੀ ਜਿਹੜੀ ਅਰਾਈਵਲ ਹੈ ਉਹ ਵੀ ਥੋੜ੍ਹਾ ਜਿਹਾ ਢੰਗ ਨਾਲ ਆਵੇ, ਉਹਦੇ ਵਾਸਤੇ ਪਾਸਿਸ ਜਾਰੀ ਕੀਤੇ ਜਾਣਗੇ ਅਤੇ ਆਵੇ ਵੀ ਅਤੇ ਉੱਥੇ ਵੀ ਸੋਸ਼ਲ ਡਿਸਟੈਂਸ ਮੇਨਟੇਨ ਰਹੇ, ਕੋਈ ਇੱਕ ਦੂਸਰੇ ਦੇ ਵਿੱਚ ਨਾ ਹੋਣ, ਮਾਸਕ ਅਤੇ ਸੈਨੇਟਾਈਜ਼ਰਸ ਦਾ ਵੀ ਇੰਤਜ਼ਾਮ ਕੀਤਾ ਗਿਆ ਤਾਂ ਕਿ ਕੋਵਿਡ ਨਾਲ ਕੋਈ ਕਿਸੇ ਨੂੰ ਮੁਸ਼ਕਿਲ ਨਾ ਆਵੇ। ਅਤੇ ਦੂਸਰਾ ਜਦੋਂ ਫਸਲ ਆ ਜਾਵੇ ਉਹਦੇ ਵਾਸਤੇ CCL ਸਾਡੀ ਆ ਚੁੱਕੀ ਹੈ, ਬਾਰਦਾਨੇ ਦੀ ਅਸੀਂ ਕਮੀ ਨਹੀਂ ਹੋਣ ਦੇਣੀ, ਪੇਮੈਂਟ ਬਰਾਬਰ ਪ੍ਰੋਪਰਲੀ ਖਾਤਿਆਂ 'ਚ 48 ਘੰਟੇ ਦੇ ਅੰਦਰ ਪਹੁੰਚੇਗੀ ਕਿਸਾਨ ਦੇ, ਅਤੇ ਉਹਦੀ ਲਿਫਟਿੰਗ ਵੀ ਪ੍ਰੋਪਰ ਹੋ ਜਾਏਗੀ। ਇਹ ਮੈਂ ਇਨਸ਼ੋਰ ਕਰਦਾ ਤੁਹਾਡੇ ਪਲੇਟਫਾਰਮ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ, ਆੜ੍ਹਤੀ ਭਰਾਵਾਂ ਨੂੰ ਯਕੀਨ ਦਿਲਵਾਉਣਾ। ਅਸੀਂ ਕਾਫੀ ਵੱਡੀ ਤਾਦਾਦ ਦੇ ਵਿੱਚ ਪਲਾਸਟਿਕ ਦੀ ਬੋਰੀ ਖਰੀਦ ਚੁੱਕੇ ਹਾਂ ਅਤੇ ਨਾਲ ਜਿਹੜਾ ਯੂਜ਼ਡ ਬਾਰਦਾਨਾ ਉਹਦੀ ਵੀ ਸਾਨੂੰ ਪਰਮਿਸ਼ਨ ਮਿਲ ਗਈ ਹੈ ਅਤੇ ਉਹਦਾ ਟੈਂਡਰ ਲੱਗ ਚੁੱਕਿਆ ਅਤੇ ਅਸੀਂ ਆੜ੍ਹਤੀ ਭਰਾਵਾਂ ਨੂੰ ਹੀ ਕਹਿ ਦੇਣਾ ਵੀ ਤੁਸੀਂ ਜਿਹੜਾ ਯੂਜ਼ਡ ਬਾਰਦਾਨਾ ਉਹਨੂੰ ਵਰਤ ਕੇ ਲਾ ਲਓ, ਅਸੀਂ ਪੇ ਕਰਦੇ ਹਾਂ। ਕੋਈ ਕਿਤੇ ਬੋਰੀਆਂ ਦੀ ਕਮੀ ਨਹੀਂ ਆਣ ਦਿੱਤੀ। ਹੋਰ ਕੀ ਇੰਤਜ਼ਾਮ ਕੀਤੇ? ਜਿਹੜੇ ਪ੍ਰੋਪਰ ਇੰਤਜ਼ਾਮ ਹੋਣੇ ਚਾਹੀਦੇ ਆ, ਹੈਲਥ ਡਿਪਾਰਟਮੈਂਟ ਬਹੁਤ ਵਧੀਆ ਕੰਮ ਕਰ ਰਿਹਾ, ਵੈਕਸੀਨੇਸ਼ਨ ਵੀ ਅੱਗੇ ਨਾਲੋਂ ਬਹੁਤ ਵੱਧ ਗਈ ਹੈ, ਪੰਜਾਬ ਸਰਕਾਰ ਥੋੜ੍ਹੀਆਂ ਸਖਤੀਆਂ ਵੀ ਵਧਾਈਆਂ ਗਈਆਂ, ਪਰ ਨਾਲ ਦੀ ਨਾਲ ਲੋਕਾਂ ਨੂੰ ਅਗਾਹ ਵੀ ਕੀਤਾ ਗਿਆ ਵੀ ਜਿੰਨਾ ਤੁਸੀਂ ਪ੍ਰੀਕੋਸ਼ਨ ਵਰਤੋਗੇ ਉਨਾ ਹੀ ਫਾਇਦੇ 'ਚ ਸਮਾਜ ਦੇ, ਸੋਸਾਇਟੀ ਦੇ ਔਰ ਪੰਜਾਬ ਦੇ ਫਾਇਦੇ 'ਚ ਰਿਹਾ ਹੈ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।